ਲਾਈਬ੍ਰੇਰੀ ਵਿੱਚੋਂ ਆਪਾਂ ਬੁੱਕਸ ਇਸ਼ੂ ਕਰਵਾ ਕੇ ਲਿਆਉਨੇ ਆ ਵਾਪਸ ਕਰ ਦਨੇ ਆ ਪਰ ਕਈ ਵਾਰੀ ਕੁਝ ਅਹਿਜੀਆਂ ਘਟਰਾਵਾਂ ਵਾਪਰ ਜਾਂਦੀਆਂ ਜਿਹੜੀਆਂ ਇੱਕ ਖਬਰ ਬਣ ਜਾਂਦੀ ਆ ਤੇ ਖਬਰ ਇਹ ਬਣੀ ਆ ਕਿ ਬੀਸੀ ਦੇ ਇੱਕ ਵਿਅਕਤੀ ਨੇ ਕਿਤਾਬ ਵਾਪਸ ਕੀਤੀ ਆ ਤੇ ਉਹ ਵੀ 48 ਸਾਲ ਤੇ 107 ਦਿਨ ਬਾਅਦ 48 ਸਾਲ ਤੇ 107 ਦਿਨ ਬਾਅਦ ਉਹਨੇ ਲਾਈਬ੍ਰੇਰੀ ਦੀ ਕਿਤਾਬ ਵਾਪਸ ਕੀਤੀ ਆ ਇਸ ਕਰਕੇ ਕਈ ਅਖਬਾਰਾਂ ਦੀ ਇਹ ਸੁਰਖੀ ਬਣੀ ਆ ਟੂਟਿੰਗ ਲਾਈਬ੍ਰੇਰੀ ਲੰਡਨ ਦੇ ਵਿੱਚ ਯੂਨਾਈਟਿਡ ਕਿੰਗਡਮ ਦੇ ਵਿੱਚ ਇੱਕ ਉੱਥੇ ਇੱਕ ਕਿਤਾਬ ਮਿਲਦੀ ਆ ਜਿਹੜੀ ਕਿਤਾਬ ਉਥੋਂ ਚੈੱਕ ਆਊਟ ਕੀਤੀ ਗਈ ਸੀ 19 ਫਰਵਰੀ 1974 ਨੂੰ ਕਨਫੈਡਰੇਟ ਜਨਰਲ ਫ্রম ਦਾ ਬਿਗਸ ਆ ਇੱਕ ਕਿਤਾਬ ਜਿਹੜੀ ਆ ਉਥੇ ਪਹੁੰਚਦੀ ਹੈ ਮੇਲ ਰਾਹੀਂ ਤੇ ਭੇਜੀ ਹੈਗੀ ਆ ਬ੍ਰਿਟਿਸ਼ ਕੋਮਬੀਆ ਤੋਂ ਪੋਰਟ ਮੂਡੀ ਤੋਂ ਇੱਕ ਵਿਅਕਤੀ ਨੇ ਉਹ ਕਹਿੰਦੇ ਜਦੋਂ ਇੱਕ ਮਿਸਟਰੀਅਸ ਪੈਕੇਜ ਉਹਨਾਂ ਨੂੰ ਮਿਲਦਾ ਆ ਤੇ ਪਤਾ ਲੱਗਦਾ ਕਿ ਪੋਰਟ ਮੂਡੀ ਤੋਂ ਆਇਆ ਆ ਤੇ ਉਹਦੇ ਤੋਂ ਬਾਅਦ ਉਹ ਇਹਨੂੰ ਦੇਖਦੇ ਆ ਲਾਇਬ੍ਰੇਰੀ ਸਟਾਫ ਦੇਖਦਾ ਹੈ ਤੇ ਉਹਨਾਂ ਨੂੰ ਫਿਰ ਇਹ ਕੱਲ ਬਹੁਤ ਚੰਗੀ ਲੱਗਦੀ ਹੈ ਜਦੋਂ ਚੰਗੀ ਲੱਗਦੀ ਹੈ ਵੱਖਰੀ ਲੱਗਦੀ ਹੈ ਕਿ 48 ਸਾਲ ਬਾਅਦ ਵੀ ਕਿਸੇ ਵਿਅਕਤੀ ਨੇ ਕਿਤਾਬ ਵਾਪਸ ਕਰ ਦਿੱਤੀ ਉਹਨਾਂ ਨੇ ਆਪਣੀ ਇਹ ਖਬਰ ਜਿਹੜੀ ਹੈ ਉਹਨੂੰ ਟਵਿੱਟਰ ਦੇ ਉੱਤੇ ਪਾਇਆ ਤੇ ਟਵਿੱਟਰ ਤੋਂ ਬਾਅਦ ਫਿਰ ਹੌਲੀ-ਹੌਲੀ ਗੱਲਬਾਤ ਪਤਾ ਲੱਗਦੀ ਇਹ ਲੱਗੀ ਹੈ ਕਿ ਪੋਰਟ ਮੂਡੀ ਦਾ ਇਹ ਵਿਅਕਤੀ ਕਿਸੇ ਵੇਲੇ ਲੰਡਨ ਦੇ ਵਿੱਚ ਰਹਿੰਦਾ ਸੀ ਤੇ ਉਥੇ ਜਾ ਕੇ ਫਿਰ ਉਹਨਾਂ ਨੇ ਦੇਖਿਆ ਹਾਲਾਂਕਿ ਉਹਨਾਂ ਨੂੰ ਇਹਦਾ ਪਤਾ ਵੀ ਨਹੀਂ ਸੀ ਕਿ ਸਭ ਤੋਂ ਵੱਧ ਲੰਬਾ ਸਮਾਂ ਕਿਹੜੀ ਕਿਤਾਬ ਈਸ਼ੂ ਗਈ ਹੈ ਪਰ ਉਹ ਕਹਿੰਦੇ ਸਾਡੀ ਜਾਣਕਾਰੀ ਮੁਤਾਬਕ ਇਹ ਸਭ ਤੋਂ ਵੱਡਾ ਰੈਕੋਰਡ ਆ ਕਿ ਕੋਈ ਕਿਤਾਬ ਇੰਨਾ ਜ਼ਿਆਦਾ ਚਿਰ ਈਸ਼ੂ ਰਹੀ ਹੈ ਹੁਣ ਜੇ ਉਹਦਾ ਫਾਈਨ ਕੈਲਕੂਲੇਟ ਕੀਤਾ ਜਾਵੇ ਤੇ 6000 ਪਾਉਂਡ ਬਣ ਜਾਂਦਾ ਉਸ ਵੇਲੇ ਜਦੋਂ ਇਹ ਪਬਲਿਕ ਜਿਹੜੀ ਪਬਲਿਸ਼ ਹੋਈ ਸੀ ਇਹ ਕਿਤਾਬ ਜਾਨੀ ਕਿ 94.40 ਡਾਲਰ ਤੇ ਜੇ ਹੁਣ ਉਹ ਕਿਉਂਕਿ ਕੈਪ ਆ ਦੇ ਉੱਤੇ ਔਰ ਜਿਹੜੀ ਰਫਲੀ ਏ 13 ਡਾਲਰ ਦੇ ਬਣਦੇ ਆ ਪਰ ਉਹ ਕਹਿੰਦੇ ਅਸੀਂ ਹੁਣ ਵੀ ਇਹ ਜਿਹੜੇ 13 ਡਾਲਰ ਫਾਈਨ ਸਗਾਏ ਇਹ ਵੀ ਅਸੀਂ ਨਹੀਂ ਲਾ ਰਹੇ ਵੇ ਉਹ ਕਰ ਰਹੇ ਕਿਉਂਕਿ ਇਹ ਬਿਲਕੁਲ ਵੱਖਰਾ ਜਿਹਾ ਕੇਸ ਆ ਉਹਨਾਂ ਨੇ ਨਾਲ ਚਿੱਠੀ ਭੇਜੀ ਆ ਜਿਹਦੇ ਵਿੱਚ ਭੇਜਣ ਵਾਲੇ ਨੂੰ ਲਿਖਿਆ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਆਸ਼ਾ ਕਰਦੇ ਹਾਂ ਕਿ ਤੁਸੀਂ ਇੱਕ ਇੱਕ ਕਿਤਾਬ ਨੂੰ ਇੱਕ ਤੋਂ ਜ਼ਿਆਦਾ ਵਾਰੀ ਪੜ੍ਹਿਆ ਹੋਊਗਾ ਥੋੜੇ ਸਾਲ ਪਹਿਲਾਂ ਖਬਰ ਆਈ ਸੀ ਇੱਕ ਵਿਅਕਤੀ ਨੇ BC ਲਾਇਬ੍ਰੇਰੀ ਦੇ ਵਿੱਚ 42 ਸਾਲ ਬਾਅਦ ਕਿਤਾਬ ਵਾਪਸ ਕੀਤੀ ਸੀ ਸੋ ਜਿਹਨੇ ਇਹ ਵਿਅਕਤੀ ਨੇ ਕਿਤਾਬ ਵਾਪਸ ਕੀਤੀ ਆ ਇਹ ਪ੍ਰੋਵਿੰਸ਼ਲ ਕੋਰਟ ਦਾ ਜੱਜ ਆ ਤੇ ਏ ਪੋਰਟ ਮੁੱਡੀ ਦੇ ਵਿੱਚ ਇਸ ਵੇਲੇ ਰਹਿ ਰਿਹਾ ਬੀਬੀਸੀ ਦੇ ਰਿਪੋਰਟਰ ਨੇ ਇਹਨੂੰ ਟਰੈਕ ਕੀਤਾ ਪੋਰਟ ਮੁੱਡੀ ਦੇ ਫੇਸਬੁੱਕ ਗਰੁੱਪ ਤੋਂ ਤੇ ਉਹਦੇ ਤੋਂ ਬਾਅਦ ਦੱਸਿਆ ਕਿ ਵਿਅਕਤੀ ਇੱਕ ਦਿਨ ਕਹਿੰਦਾ ਵੀ ਮੇਰੇ ਘਰ ਦੇ ਵਿੱਚ ਬਹੁਤ ਸਾਰੇ ਮੈਗਜ਼ੀਨ ਤੇ ਬੁੱਕਸ ਪਈਆਂ ਸੀ ਉਹਨਾਂ ਨੂੰ ਜਦੋਂ ਕੱਢਿਆ ਉਹਦੇ ਵਿੱਚੋਂ ਇੱਕ ਕਿਤਾਬ ਲੱਭੀ ਤੇ ਕਿਤਾਬ ਉਹਨੇ ਫਿਰ ਉੱਥੇ ਵਾਪਸ ਕਰ ਦਿੱਤੀ ਇਹ ਕਿਤਾਬ ਉਸ ਵੇਲੇ ਈਸ਼ੂ ਕਰਵਾਈ ਸੀ ਜਦੋਂ ਏ ਉੱਥੇ ਲੰਡਨ ਦੇ ਵਿੱਚ ਰਹਿੰਦੇ ਸੀ ਇਹ ਖਬਰ ਆਪਣੇ ਆਪ ਦੇ ਵਿੱਚ ਬਹੁਤ ਦਿਲਚਸਪ ਤੇ ਜਿਹੜੀ ਚਰਚਾ ਦੇ ਵਿੱਚ ਆ ਕਿ 48 ਸਾਲ ਬਾਅਦ ਇੱਕ ਵਿਅਕਤੀ ਕਿਤਾਬ ਵਾਪਸ ਕਰ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ